ਉੱਡਦੇ ਫੁੱਲ। ਅਮਨ ਆਪਣੇ ਦਾਦਾ ਜੀ ਨਾਲ ਬਾਗ ਵਿੱਚ ਸੈਰ ਕਰ ਰਹੀ ਸੀ। ਬਾਗ ਵਿੱਚ ਰੰਗ ਬਿਰੰਗੇ ਫੁੱਲ ਖਿੜੇ ਹੋਏ ਹਨ, ਉਹਨਾਂ ਉੱਤੇ ਤਿੱਤਲੀਆਂ ਮੰਡਰਾ ਰਹੀਆਂ ਹਨ। ਅਚਾਨਕ ਅਮਨ ਰੰਗ ਬਿਰੰਗੇ ਫੁੱਲਾਂ ਨੂੰ ਛੂਹਣ ਲਈ ਅੱਗੇ ਵਧੀ ਤਾਂ ਸਾਰੀਆਂ ਤਿੱਤਲੀਆਂ ਉੱਡ ਗਈਆਂ। ਅਮਨ ਇੱਕਦਮ ਚੀਕੀ, ਦਾਦਾ ਜੀ ਸਾਰੇ ਫੁੱਲ ਉੱਡ ਰਹੇ ਹਨ। ਦਾਦਾ ਜੀ ਹੱਸਦੇ ਹੋਏ ਬੋਲੇ, ਠੀਕ ਕਿਹਾ, ਉਹ ਫੁੱਲਾਂ ਦੇ ਫੁੱਲ ਹਨ, ਤਿੱਤਲੀਆਂ ਨਾਲ ਫੁੱਲ ਹਨ ਅਤੇ ਫੁੱਲਾਂ ਨਾਲ ਤਿੱਤਲੀਆਂ ਹਨ। ਇਹਨਾਂ ਨਾਲ ਦੋਸਤੀ ਕਰਨੀ ਆਸਾਨ ਨਹੀਂ ਹੈ, ਇਹਨਾਂ ਨੂੰ ਛੂਹਣ ਨਾਲੋਂ ਬਿਹਤਰ ਹੈ ਇਹਨਾਂ ਨੂੰ ਦੇਖਦੇ ਰਹਿਣਾ। ਰਹੀਏ ਅਮਨ ਤਿੱਤਲੀਆਂ ਨੂੰ ਉੱਡਦੀਆਂ ਦੇਖ ਕੇ ਤਾੜੀਆਂ ਮਾਰ ਰਹੀ ਸੀ। ਉਹ ਵਾਰ ਵਾਰ ਇੱਕੋ ਗੱਲ ਕਹਿੰਦੀ ਹੈ, ਉੱਡਣ ਵਾਲੇ ਫੁੱਲ ਰੰਗ ਬਿਰੰਗੇ ਫੁੱਲ।